ਪੰਜਾਬ ਵਿੱਚ ਲਗਾਤਾਰ ਕਰੋਨਾ ਦੀ ਰਫ਼ਤਾਰ ਵਧਦੀ ਜਾ ਰਹੀ ਹੈ ਅਤੇ ਜੇਕਰ ਪੰਜਾਬ ਦੀਆਂ ਜੇਲ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਜੇਲ੍ਹਾਂ ਵਿੱਚ ਕਰੋਨਾ ਮਹਾਂਮਾਰੀ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ। ਬੀਤੇ ਦਿਨ ਨਾਭਾ ਦੀ ਨਵੀਂ ਜੇਲ੍ਹ 'ਚ 44 ਕੈਦੀ ਔਰਤਾਂ ਦੀ ਰਿਪੋਰਟ ਪੋਜ਼ਿਟਿਵ ਆਉਣ ਨਾਲ ਜੇਲ੍ਹ ਪ੍ਰਬੰਧਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਜਿਸ ਦੇ ਵਿੱਚ ਇੱਕ 6 ਮਹੀਨੇ ਦਾ ਬੱਚਾ ਵੀ ਸ਼ਾਮਿਲ ਹੈ। ਇਹਨਾਂ ਸਾਰੀਆਂ ਕਰੋਨਾ ਪੋਜ਼ਿਟਿਵ ਔਰਤਾਂ ਨੂੰ ਮਲੇਰਕੋਟਲਾ ਜੇਲ੍ਹ 'ਚ ਸ਼ਿਫਟ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਜੇਲ੍ਹ ਪ੍ਰਸ਼ਾਸਨ ਵੱਲੋਂ ਬਾਕੀ ਦੇ ਮੁਲਾਜ਼ਮਾਂ ਨੂੰ ਕੋਵਿਡ ਦੇ ਟੀਕੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ। ਡਾਕਟਰਾਂ ਦੀ ਟੀਮ ਵੱਲੋਂ ਅੱਜ ਜੇਲ੍ਹ ਮੁਲਾਜ਼ਮਾਂ ਨੂੰ ਇੰਜੈਕਸ਼ਨ ਲਗਾਏ ਗਏ ਅਤੇ ਉੱਥੇ ਹੀ ਜੇਲ੍ਹ 'ਚ ਬੰਦ ਹੋਰ ਕੈਦੀਆਂ ਦੇ ਕਰੋਨਾ ਟੈਸਟ ਵੀ ਕਰਾਏ ਗਏ। ਇੱਕ ਵਾਰ ਫਿਰ ਦੱਸ ਦਈਏ ਕਿ ਨਾਭਾ ਦੀ ਨਵੀਂ ਜੇਲ੍ਹ ਦੇ ਵਿੱਚ 44 ਔਰਤਾਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ, ਜਿਸ ਤੋਂ ਬਾਅਦ ਜੇਲ੍ਹ ਪ੍ਰਬੰਧਕਾਂ ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਵੀ ਪਾਲਣਾ ਕਰਾਈ ਜਾ ਰਹੀ ਹੈ। ਸਾਡੇ ਕੋਲ 44 ਵਿਮਨ ਅਤੇ ਇੱਕ ਬੱਚਾ ਪੋਜ਼ਿਟਿਵ ਆਇਆ ਸੀਗਾ। ਇਹਨਾਂ ਨੂੰ ਅਸੀਂ ਕੋਵਿਡ ਲੈਵਲ 1 ਦੀ ਜਿਹੜੀ ਜੇਲ੍ਹ ਹੈਗੀ ਆ ਸਬ ਜੇਲ੍ਹ ਮਲੇਰਕੋਟਲਾ ਉੱਥੇ ਟ੍ਰਾਂਸਫਰ ਕਰਤਾ ਸੇਮ ਡੇ। ਜਿਸ ਦਿਨ ਸਾਡੇ ਕੋਲ ਇਹਨਾਂ ਦਾ ਐਡੀ ਟੈਸਟ ਰਿਪੋਰਟ ਆਈ ਸੇਮ ਡੇ ਅਸੀਂ ਟ੍ਰਾਂਸਫਰ ਕਰ ਦਿੱਤਾ। ਕਿਵੇਂ ਆਈ ਜੀ ਸੰਪਰਕ 'ਚ ਪੋਜ਼ਿਟਿਵ ਕਿਵੇਂ ਆ ਗਿਆ? ਇਹ ਸਾਨੂੰ ਜਿਹੜਾ ਸਭ ਤੋਂ ਪਹਿਲੇ ਪਤਾ ਲੱਗਿਆ ਸੀ, ਇੱਕ ਲੇਡੀ ਸਾਡੇ ਕੋਲੋਂ ਇਲਾਜ ਦੇ ਲਈ ਸਿਵਲ ਹੋਸਪਿਟਲ ਨਾਭਾ ਗਈ ਸੀਗੀ ਅਤੇ ਪ੍ਰੋਟੋਕੋਲ ਦੇ ਅਨੁਸਾਰ ਅਸੀਂ ਉਸ ਦਾ ਟੈਸਟ ਕਰਵਾਇਆ ਨਾਭਾ ਤੋਂ ਹੀ। ਉਹ ਪੋਜ਼ਿਟਿਵ ਆਈ ਅਤੇ ਉਸ ਤੋਂ ਬਾਅਦ ਹੀ ਸਾਰੀਆਂ ਲੇਡੀਜ਼ ਦਾ ਅਸੀਂ ਟੈਸਟ ਕਰਵਾਇਆ। ਕਿੰਨੇ ਕਿੰਨੇ ਬੈਰਕ 'ਚ ਹੋਇਆ ਜਾਂ ਸਾਰੀ ਜਿੰਨੀਆਂ ਲੇਡੀਜ਼ ਅੰਦਰ ਸੀਗੀਆਂ ਸਭ ਦੇ? ਦੋ ਸਾਡੇ ਕੋਲ ਵੁਮੈਨ ਵਾਰਡ ਦੇ ਵਿੱਚ 2 ਵੈਕਸ ਹੈਗੇ ਨੇ, ਦੋਨਾਂ ਵੈਕਸਾਂ ਦੇ ਵਿੱਚ ਆਈਆਂ ਹੈਗੀਆਂ ਨੇ ਪੋਜ਼ਿਟਿਵ ਲੇਡੀਜ਼। ਟੋਟਲ ਕਿੰਨੀ ਸਟਰੈਂਥ ਸੀ ਆਪਣੇ ਕੋਲ ਵੁਮੈਨਸ ਦੀ? ਗੱਲ ਸਾਡੇ ਕੋਲ 102 ਸੀਗੀ, ਉਹਦੇ ਵਿੱਚ ਅਸੀਂ 44 ਲੇਡੀਜ਼ ਨੂੰ ਸ਼ਿਫਟ ਕਰ ਚੁੱਕੇ ਆਲਰੇਡੀ ਅਤੇ ਬਾਕੀ ਪਿੱਛੇ ਬਾਕੀ ਜਿਹੜੀਆਂ 58 ਬਾਕੀ ਨੇ ਉਹ ਨੈਗੇਟਿਵ ਹੈਗੇ ਨੇ। ਹਾਂ, ਅੱਜ ਸਾਡੇ ਕੋਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਤਰਫ ਤੋਂ ਸਾਡੇ ਕੋਲ ਟੀਮ ਆਈ ਹੈਗੀ ਆ, ਆਲਰੇਡੀ ਟੈਸਟਿੰਗ ਮੇਲ ਸੈਕਸ਼ਨ ਦੇ ਵਿੱਚ ਵੀ ਟੈਸਟਿੰਗ ਹੋ ਰਹੀ ਹੈ। ਅੱਜ ਜੇਲ੍ਹ ਮੁਲਾਜ਼ਮ ਵੀ ਆ ਜਿਹੜੇ ਵੈਕਸੀਨ ਲੈ ਰਹੇ ਨੇ? ਹਾਂਜੀ, ਅੱਜ ਜੇਲ੍ਹ ਮੁਲਾਜ਼ਮ ਵੀ ਸਾਰੇ ਆਫਿਸਰਸ ਵੀ ਵੈਕਸੀਨ ਲਗਵਾ ਰਹੇ ਹੈਗੇ ਨੇ, ਕਾਫੀ ਉਤਸ਼ਾਹ ਹੈਗਾ ਉਹਨਾਂ 'ਚ ਵੈਕਸੀਨ ਲਗਵਾਉਣ। ਲੱਗਦਾ ਕਿਤੇ ਨਾ ਕਿਤੇ ਜਿਵੇਂ ਉਹ ਸੰਪਰਕ 'ਚ ਆਈਆਂ ਤੁਹਾਨੂੰ ਵੀ ਖਤਰਾ ਹੋ ਸਕਦਾ, ਤਾਂ ਹੀ ਜਿਹੜਾ ਹੈਗਾ ਵੈਕਸੀਨ ਲਗਾਉਣੀ ਜ਼ਰੂਰੀ ਸੀ? ਨਹੀਂ, ਓਬਵੀਅਸਲੀ ਹਰ ਕਿਸੇ ਨੂੰ ਜ਼ਰੂਰੀ ਹੈਗੀ ਹੈ ਲਗਾਉਣੀ, ਕਿਸੇ ਦਾ ਵੀ ਕਿਸੇ ਦੇ ਵੀ ਸੰਪਰਕ 'ਚ ਆ ਜਾਣਾ, ਕੁਛ ਵਿਜੀਬਿਲਿਟੀ ਤਾਂ ਹੈ ਨਹੀਂ ਕਿ ਵਾਇਰਸ ਦੀ, ਅਤੇ ਕਿਸੇ ਦੇ ਵੀ ਸੰਪਰਕ 'ਚ ਕੋਈ ਵੀ ਆ ਸਕਦਾ, ਇਸ ਲਈ ਹਰ ਇੱਕ ਨੂੰ ਵੈਕਸੀਨ ਲਗਾਉਣੀ ਤਾਂ ਜ਼ਰੂਰੀ ਹੈ। ਕਿੰਨੇ ਮੁਲਾਜ਼ਮ ਨੇ ਸਾਰਿਆਂ ਦੀ ਵੈਕਸੀਨ ਲਗੀ, ਕਿੰਨੇ ਮੁਲਾਜ਼ਮ ਨੇ ਜੇਲ੍ਹ 'ਚ? ਸਾਡੇ ਕੋਲ ਜਿੰਨੀ ਵੀ ਜਿਹੜੀਆਂ ਆਊਟਰ ਫੋਰਸਿਸ ਹੈਗੀਆਂ ਨੇ, ਜਿਸ ਤਰ੍ਹਾਂ ਪੈਸਕੋ ਦਾ ਹੈਗਾ ਉਸ 'ਤੇ ਵੀ ਲਗਵਾ ਰਹੇ ਹਾਂ ਅਸੀਂ, ਅਤੇ ਹੋਮਗਾਰਡ ਦੇ ਵੀ, ਅਤੇ IRB ਵਾਲਿਆਂ ਦੇ ਆਲਰੇਡੀ ਲੱਗ ਵੀ ਚੁੱਕੇ ਹੈ। ਜਿਵੇਂ ਲੇਡੀਜ਼ ਉਹ 'ਚ ਆਇਆ ਸੀਗਾ, ਉਹਨਾਂ ਨੂੰ ਸੈਨੀਟਾਈਜ਼ ਕਰਕੇ ਕੁਛ ਹੋਰ ਪ੍ਰੋਕਸ਼ਨਾਂ ਵਰਤੀਆਂ ਜਾ ਰਹੀਆਂ? ਹਾਂਜੀ, ਅਸੀਂ ਪੂਰੀ ਤਰ੍ਹਾਂ ਵਾਲੀ ਪ੍ਰੀਕੋਸ਼ਨ ਵਰਤ ਰਹੇ ਹਾਂ, ਸਾਡੇ ਕੋਲ ਪ੍ਰਾਪਤ ਮਾਤਰਾ ਦੇ ਵਿੱਚ ਸਾਡੇ ਕੋਲ ਸੈਨੀਟਾਈਜ਼ਰ ਹੈਗਾ, ਅਸੀਂ ਉਸ ਨੂੰ ਯੂਜ਼ ਕਰ ਰਹੇ ਹਾਂ। ਜਿਹੜੀ ਪਰੋਲ ਤੋਂ ਵਾਪਸ ਆ ਰਹੀਆਂ, ਉਹਨਾਂ 'ਚ ਵੀ ਇਹ ਲੱਛਣ ਪਾਏ ਜਾ ਸਕਦੇ? ਹਾਂ, ਸਾਡੇ ਕੋਲ 25 ਲੇਡੀਜ਼ ਨੇ ਜਿਹੜੀਆਂ ਪੈਰੋਲ ਤੋਂ ਵਾਪਸ ਆਈਆਂ ਸੀਗੀਆਂ, 25 ਦੇ ਵਿੱਚੋਂ 9 ਲੇਡੀਜ਼ ਅਤੇ 1 ਬੱਚਾ ਪੋਜ਼ਿਟਿਵ ਆਇਆ। ਉਹਨਾਂ ਨੂੰ ਇੱਥੋਂ ਕਿੱਥੇ ਸ਼ਿਫਟ ਕੀਤਾ? ਉਹਨਾਂ ਨੂੰ ਮਲੇਰਕੋਟਲਾ ਜੇਲ੍ਹ 'ਤੇ ਸ਼ਿਫਟ ਕੀਤਾ ਗਿਆ। ਬੱਚਾ ਕਿੰਨੇ ਮਹੀਨੇ ਦਾ ਜਿਹੜਾ ਪੋਜ਼ਿਟਿਵ ਆਇਆ? ਬੱਚਾ ਸ਼ਾਇਦ ਅਪਰੋਕਸੀਮੇਟਲੀ 6 ਮਹੀਨੇ ਦਾ ਹੈਗਾ। ਨਾਭਾ ਤੋਂ ਬਿਊਰੋ ਰਿਪੋਰਟ, NC7 ਨਿਊਜ਼।